ਕਿ ਮਾਈ ਬਜਟ ਪ੍ਰਪੋਜ਼ਲਸ ਆਰ ਫੋਰ ਦ 99% ਪੀਪਲ ਆਫ ਪੰਜਾਬ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਮੰਗਲਵਾਰ ਨੂੰ ਸਾਲ 2017-18 ਦਾ ਕੈਪਟਨ ਸਰਕਾਰ ਦਾ ਪਹਿਲਾ ਬਜਟ ਪੇਸ਼ ਕੀਤਾ ਗਿਆ। ਵਿੱਤ ਮੰਤਰੀ ਮੁਤਾਬਕ ਇਸ ਬਜਟ 'ਚ ਕਿਸਾਨਾਂ ਦੇ ਨਾਲ ਨਾਲ ਰੁਜ਼ਗਾਰ, ਖੇਤੀਬਾੜੀ ਤੇ ਸਿੱਖਿਆ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ। ਕਿ ਪੰਜਾਬ ਦਾ ਐਗਰੀਕਲਚਰ ਦਾ ਜਿਹੜਾ ਬਜਟ ਹੈ ਇਹ 10,000 ਕਰੋੜ ਦੀ ਜਿਹੜੀ ਸੀਮਾ ਹੈ ਇਹਨੂੰ ਪਾਰ ਕਰ ਗਿਆ ਫੋਰ ਦ ਫਸਟ ਟਾਈਮ ਇਨ ਦ ਹਿਸਟਰੀ ਆਫ ਪੰਜਾਬ। ਉਸੇ ਤਰ੍ਹਾਂ ਹੀ ਮੈਂ ਸਮਝਦਾ ਕਿ ਜਿਹੜੀਆਂ 3 ਰੁਜ਼ਗਾਰ ਸਕੀਮਾਂ ਇਹ ਸਾਡੇ ਮੈਨੀਫੈਸਟੋ ਦਾ, ਸਾਡੇ ਮਨਸ਼ੂਰ ਦਾ ਹਿੱਸਾ ਸੀ, ਇਹਦੇ ਨਾਲ ਇਸ ਸਾਲ ਦੇ ਵਿੱਚ ਮੇਰਾ ਇਹ ਅਨੁਮਾਨ ਹੈ ਕਿ ਕੋਈ 3 ਲੱਖ ਨਵੀਂ ਨੌਕਰੀ ਜਿਹੜੀ ਹੈ ਇਹ ਸੈਲਫ ਇੰਪਲੋਇਮੈਂਟ 'ਚ ਮਤਲਬ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਮੈਨੂੰ ਇਮਕਾਨ ਹੈ। ਕਿਉਂਕਿ 1 ਲੱਖ ਤਾਂ ਗੱਡੀ ਆਉਣੀ ਹੈ, 25,000 ਹਰਾ ਟਰੈਕਟਰ ਸਕੀਮ 'ਚ ਆ ਜਾਏਗਾ, ਔਰ ਜਿਹੜਾ ਯਾਰੀ ਐਂਟਰਪ੍ਰਾਈਜ਼ ਹੈ ਇਹਦੇ ਵਿੱਚ ਵੀ ਮੈਨੂੰ ਤਾਂ ਲੱਗਦਾ ਕਿ ਹੋ ਸਕਦਾ ਇਹਦੀ ਕੋਈ ਸੀਮਾ ਹੀ ਨਾ ਰਹੇ 70 ਸਾਲਾਂ 'ਚ, ਕਿ ਪੰਜਾਬ ਦਾ ਕੋਈ ਵੀ ਪ੍ਰਾਇਮਰੀ ਸਕੂਲ ਵਿਦਆਊਟ ਫਰਨੀਚਰ ਨਹੀਂ ਹੋਏਗਾ। ਪੰਜਾਬ ਦੇ ਹਰ ਪ੍ਰਾਇਮਰੀ ਸਕੂਲ ਦੇ ਵਿੱਚ ਕੰਪਿਊਟਰ ਦੇਣ ਦੀ ਸਾਡੀ ਕੋਸ਼ਿਸ਼ ਅਤੇ ਕਾਵਿਸ਼ ਹੈ, ਔਰ ਪੰਜਾਬ ਦੇ ਹਰ ਪ੍ਰਾਇਮਰੀ ਸਕੂਲ ਦੇ ਵਿੱਚ ਸਾਡੀ ਗ੍ਰੀਨ ਬੋਰਡ ਜਿਹੜੇ ਹੈ ਉਹ ਵੀ ਲਾਉਣ ਦੀ ਸਕੀਮ ਹੈ। ਮਨਪ੍ਰੀਤ ਦਾ ਕਹਿਣਾ ਕਿ ਸਾਲ ਦਰ ਸਾਲ ਪੇਸ਼ ਕੀਤੇ ਜਾਣ ਵਾਲੇ ਬਜਟ ਦੌਰਾਨ ਸੂਬੇ ਦੀ ਨੁਹਾਰ ਬਦਲ ਦਿੱਤੀ ਜਾਵੇਗੀ। ਚੰਡੀਗੜ੍ਹ ਤੋਂ ਮਨਮੋਹਨ ਸਿੰਘ ਦੇ ਨਾਲ ਰਮਨਦੀਪ ਸਿੰਘ ਸੋਢੀ, ਜਗਬਾਣੀ TV।